ਬੜਾ ਸ਼ੁਕਰੀਆ ਅਦਾ ਕਰਨਾ ਮੈਂ ਬੱਚਿਆਂ ਦਾ ਨਾਨਾ ਸ਼ਮਾ ਦਾ ਬਾਪ ਹਾਂ ਤੇ ਸਾਡੇ ਬੱਚੇ ਸਾਡੇ ਵੀ ਨੇ ਤੇ ਇਹਨਾਂ ਦੇ ਵੀ ਨੇ ਕਿਉਂਕਿ ਉਹਨਾਂ ਦੀ ਦੇਖਭਾਲ ਬੜੀ ਸੋਹਣੀ ਕਰਦੇ ਪਏ ਨੇ ਸ਼ੁਰੂ ਤੋਂ ਬੱਚਿਆਂ ਦੀ ਆਇਆ ਦਿੱਤੀ ਹੈ ਉਹਨਾਂ ਦੀ ਤਨਖਾਹ ਵੀ ਬਾਹਰੋਂ ਆਉਂਦੀ ਉਹਨਾਂ ਦਾ ਖਰਚਾ ਵੀ ਆਉਂਦਾ ਸਾਰਾ ਕੁਛ ਆਉਂਦਾ ਤੇ ਜਿੰਨੇ ਜੋਗੇ ਹੋ ਗਏ ਨੇ ਇਹਨੇ ਸਟੱਡੀ ਟੇਬਲ ਵੀ ਬਣੇ ਪਏ ਨੇ ਉਹ ਵੀ ਲੈ ਕੇ ਥੋੜ੍ਹੇ ਦਿਨ ਪਹਿਲੇ ਮੈਂ ਨਾਲ ਗਿਆ ਬੱਚਿਆਂ ਦੇ ਕੱਪੜੇ ਵੀ ਲੈ ਦਿੱਤੇ ਨੇ ਜੁੱਤੀਆਂ ਤੱਕ ਲੈ ਦਿੱਤੀ ਸੁਲੇਮਾਨ ਲੈ ਦਿੱਤੀ ਸੋਨੀਆ ਲੈ ਦਿੱਤੀ ਉਹਨਾਂ ਨੇ ਜੁੱਤੀਆਂ ਲੈ ਦਿੱਤੀ ਮੈਂ BACA ਦਾ ਸ਼ੁਕਰੀਆ ਅਦਾ ਕਰਦਾ ਸਾਡੇ ਘਰ 'ਚ ਪੇਂਟ ਵੀ ਕਰਵਾਇਆ ਸੀ ਅਤੇ ਸਾਡੇ ਬਰਤਨ ਚੋਰੀ ਹੋ ਗਏ ਸੀ ਸਾਨੂੰ ਉਹ ਵੀ ਲੈ ਦਿੱਤੇ ਫਿਰ ਬੱਚਿਆਂ ਨੇ ਲੈਪਟੋਪ ਵੀ ਲੈ ਕੇ ਆਏ ਨੇ ਉਹ ਵੀ ਸਾਨੂੰ ਲੈ ਕੇ ਦਿੱਤੇ ਮੈਂ ਫਿਰ ਤੋਂ ਦੁਬਾਰਾ ਕਹਿੰਦਾ ਕਿ ਮੈਂ BACA ਦਾ ਸ਼ੁਕਰੀਆ ਅਦਾ ਕਰਦਾ ਜੀ ਬਾਜੀ ਆਪ ਬਤਾਏ ਕਿ ਬੱਚੋ ਕੀ ਦੇਖਭਾਲ ਅਬ ਆਪ ਕਰ ਰਹੀ ਹੈ ਤੋ ਕਿਆ ਕਰਨਾ ਪੜਤਾ ਆਪਕੋ ਕਿਸ ਤਰ੍ਹਾਂ ਸੇ ਬੱਚੋ ਕੀ ਦੇਖਭਾਲ ਕਰ ਰਹੀ ਹੈ ਖਾਣਾ ਵਾਸ਼ ਕਰਕੇ ਉਨਕੋ ਪ੍ਰੈਸ ਕਰ ਦੇਤੀ ਹੈ ਸ਼ਾਮ ਕੋ ਵੀ ਇਨਕੇ ਪਾਸ ਹੋਤੀ ਯਾਨੀ 24 ਘੰਟੇ ਮਿਲਤੀ ਹੈ ਸਰ ਇਨਕੇ ਪਾਸ ਸਟੱਡੀ ਟੇਬਲਸ ਨਹੀਂ ਥਾ ਯੇ ਕਭੀ ਕਾਮ ਬੈਠ ਕੇ ਪੜ੍ਹਤੇ ਥੇ ਕਭੀ ਕਾਮ ਬੈਠ ਕੇ ਪੜ੍ਹਤੇ ਥੇ ਲੇਕਿਨ ਇਸ ਟੀਮ ਨੇ ਜੋ ਹੈ ਇਨਕੇ ਲੀਏ ਵਰਕ ਕੀਆ ਬਹੁਤ ਅੱਛੇ ਤਰੀਕੇ ਸੇ ਉਨਕਾ ਸਾਥ ਦੇ ਰਹੇ ਹੈ ਯੇ ਲੋਗ ਔਰ ਹਮੇ ਜੋ ਹੈ ਵੋ ਸਟੱਡੀ ਟੇਬਲ ਜੋ ਹੈ ਵੋ ਪ੍ਰੋਵਾਈਡ ਕਰ ਰਹੇ ਹੈ ਜਿਸਸੇ ਇਨ ਬੱਚੋਂ ਕੀ ਸਟੱਡੀ ਮੇਂ ਵੀ ਆਸਾਨੀ ਹੋਗੀ ਔਰ ਮਤਲਬ ਕਿ ਔਰ ਜ਼ਿਆਦਾ ਅੱਛੇ ਤਰੀਕੇ ਸੇ ਪੜ੍ਹ ਸਕੇਂਗੇ ਔਰ ਇਸਕੇ ਇਲਾਵਾ ਇਨਕੇ ਸਾਥ ਮੈਂ ਸ਼ਾਮ ਕੇ ਟਾਈਮ ਜੋ ਹੈ ਵੋ ਇਨਕੋ ਪ੍ਰੇਅਰਸ ਵੀ ਕਰਵਾਤੀ ਹੂੰ ਥੋੜਾ ਸਾ ਸ਼ੋਰਟ ਟਾਈਮ ਲੈ ਕੇ ਇਨਕੋ ਮੈਂ ਲੈ ਕੇ ਬੈਠਤੀ ਹੂੰ He will come again in glory. That's the good news of the story and his kingdom.